ਜ਼ਿਲ੍ਹਾ ਤਰਨ ਤਾਰਨ ਦੇ ਅਮਰਕੋਟ ਵਿਖੇ ਤੈਨਾਤ BSF 87 ਬਟਾਲੀਅਨ ਦੇ ਜਵਾਨ ਵੱਲੋਂ BOPਵਾਂ ਤੋਂ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜਿਸ ਨੂੰ BSF ਵੱਲੋਂ ਖਲੜਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹੈਗਾ ਜੀ, ਇਹਦਾ ਨਾਂ ਜੀ ਪਰਬਨ ਦਮਾਰੀ, ਸਨ ਆਫ ਮੈਂਗਨ ਦਮਾਰੀ, ਕੌਮ ਹਿੰਦੂ, ਵਾਸੀ ਅਰਗਨ, ਜ਼ਿਲ੍ਹਾ ਦਰੰਗ, ਅਸਾਮ ਦਾ ਹੈ। ਇਹਨੂੰ ਰਾਤੀ BSF ਨੇ ਬਾਰਡਰ ਦੇ ਏਰੀਏ 'ਚ 500 ਮੀਟਰ ਦੇ ਏਰੀਏ 'ਚ ਘੁੰਮਦੇ ਨੂੰ ਕਾਬੂ ਕੀਤਾ ਜੀ ਅਤੇ ਸਾਨੂੰ ਇਹ ਸਾਡੇ ਹਵਾਲੇ ਕੀਤਾ ਵਾ। ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਅਤੇ ਤਫਤੀਸ਼ ਜਾਰੀ ਹੈ, ਕੋਈ ਪੁੱਛਗਿੱਛ ਕਿ ਇਹ ਕਿਹੜੇ ਕੰਮ ਲਈ ਇੱਧਰ ਆਇਆ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।